स्वागत देश विदेश विच बैठे सारे दर्शकों का बहुत बहुत स्वागत करते हैं उन्होंने अपने प्रोग्राम गल्लां ते गीत दे विच मैं मेघा ते मैं हां करण ते करण हर रोज की तरह अज भी खास विषय अपने दर्शकों लई लेके आए हां ते माहिर मेहमान भी साडे नाल ने पर सब तो पहला अपने दर्शकों नूं अज दा विषय दस दिए साडा अज दा विषय तुसीं नोट कर लो साडा अज दा विषय जी साहित्य ते समाज ते इस विषय बाबत कोई भी तुसीं सानूं सवाल करना चाहते हो साडे माहिर मेहमान नूं कुछ पुछना चाहते हो तो सानूं इन्हां नंबरां ते संपर्क कर सकते हो साडा नंबर है जी 0181 281 4261 ਸਾਡਾ ਦੂਜਾ ਨੰਬਰ ਹੈ ਜੀ 0181 281 4264 ਤਾਂ ਅਸੀਂ ਦਰਸ਼ਕਾਂ ਨੂੰ ਇੱਕ ਹੀ ਦਰਖਾਸਤ ਹਰ ਵਾਰ ਕਰਦੇ ਹਾਂ ਕਿ ਜਦੋਂ ਵੀ ਸਾਨੂੰ ਤੁਸੀਂ ਕਾਲ ਕਰੋ ਤਾਂ ਆਪਣੇ ਟੀ ਵੀ ਸੈੱਟ ਦੀ ਜਿਹੜੀ ਆਵਾਜ਼ ਹੈ ਬਿਲਕੁਲ ਬੰਦ ਕਰ ਦਿਓ ਤਾਂ ਕਿ ਸਾਡੀ ਗੱਲਬਾਤ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਖਲਾਅ ਨਾ ਪੈਦਾ ਹੋਵੇ ਅਤੇ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਟੂਡੀਓ ਦੇ ਵਿੱਚ ਖਾਸ ਤੌਰ 'ਤੇ ਆਏ ਨੇ ਸ਼੍ਰੀ ਭੁਪਿੰਦਰ ਸਿੰਘ ਸੰਧੂ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਇਹਨਾਂ ਦਾ ਮੀਤ ਪ੍ਰਧਾਨ ਨੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਜੀ ਤੇ ਭੁਪਿੰਦਰ ਸਿੰਘ ਜੀ ਪਹਿਲਾਂ ਤਾਂ ਦੁਬਾਰਾ ਤੋਂ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਤੇ ਅੱਜ ਦਾ ਜਿਹੜਾ ਵਿਸ਼ਾ ਹੈ ਇਹ ਸਾਹਿਤ ਤੇ ਸਮਾਜ ਅਕਸਰ ਅਸੀਂ ਗੱਲ ਕਰਦੇ ਹਾਂ ਜਾਂ ਤਾਂ ਸਾਹਿਤ ਦੀ ਕਰਦੇ ਹਾਂ ਜਾਂ ਸਮਾਜ ਦੀ ਕਰਦੇ ਹਾਂ ਅੱਜ ਇਕੱਠਾ ਹੈ ਤਾਂ ਸਭ ਤੋਂ ਪਹਿਲੇ ਤਾਂ ਇਹ ਪੁੱਛਣਾ ਚਾਹਾਂਗੇ ਕਿ ਸਾਹਿਤ ਤੋਂ ਕੀ ਸਮਝਦੇ ਆਪਾਂ ਸਾਹਿਤ ਕੀ ਹੈ ਸਾਡੇ ਸਮਾਜ ਦਾ ਜੋ ਕੁਛ ਵਾਪਰ ਰਿਹਾ ਸਮਾਜ ਦੇ ਵਿੱਚ ਉਹਦਾ ਮੁਖੜਾ ਉਹਦਾ ਮੁੱਖ ਉਹਦਾ ਦਰਸ਼ਨ ਇਹ ਸਾਰਾ ਜਿਹੜਾ ਇਹ ਸਾਡੇ ਕੋਲ ਜਦੋਂ ਲਿਖਤੀ ਰੂਪ ਦੇ ਵਿੱਚ ਸਾਡੇ ਕੋਲ ਆਉਂਦਾ ਹੈ ਤਾਂ ਉਹਨੂੰ ਅਸੀਂ ਸਾਹਿਤ ਕਹਿੰਦੇ ਹਾਂ ਇਹਦੇ ਵਿੱਚ ਮਨੁੱਖ ਦਾ ਸੁਭਾਅ ਮਨੁੱਖ ਦੀਆਂ ਆਦਤਾਂ ਮਨੁੱਖ ਦਾ ਰਹਿਣ ਸਹਿਣ ਉਸ ਸਮੇਂ ਦਾ ਜਿਹੜਾ ਵਾ ਉਹਦੀ ਆਰਥਿਕ ਸਥਿਤੀ ਉਹਦੇ ਉਸ ਸਮੇਂ ਦੀ ਨਿਆਂ ਜਿਹੜਾ ਨਿਆਂ ਪ੍ਰਬੰਧ ਆ ਉਹ ਜਿਹੜੀਆਂ ਗੱਲਾਂ ਆਦਮੀ ਨੂੰ ਪ੍ਰਭਾਵਿਤ ਕਰਦੀਆਂ ਨੇ ਜਾਂ ਆਦਮੀ ਦੇ ਜੀਵਨ ਨੂੰ ਸੌਖਾ ਕਰਦੀਆਂ ਨੇ ਉਹ ਸਾਰਾ ਕੁਛ ਜਿਹੜਾ ਜਦੋਂ ਲਿਖਤੀ ਰੂਪ 'ਚ ਜਾਂ ਮੌਖਿਕ ਰੂਪ 'ਚ ਸਾਡੇ ਸਾਹਮਣੇ ਆਉਂਦਾ ਅਤੇ ਉਸ ਨੂੰ ਅਸੀਂ ਸਾਹਿਤ ਕਹਿੰਦੇ ਹਾਂ ਤੇ ਸਾਹਿਤ ਦੀਆਂ ਸਾਹਿਤ ਦੇ ਅੱਗੇ ਜਾ ਕੇ ਬਹੁਤ ਸਾਰੇ ਰੂਪ ਨੇ ਸਾਹਿਤ ਦੇ ਵਿੱਚ ਨਾਵਲ ਆਇਆ ਕਹਾਣੀਆਂ ਨਿਬੰਧ ਆ ਟੱਪੇ ਆ ਗੀਤ ਆ ਸੰਗੀਤ ਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ ਨੇ ਉਹ ਸਾਡੇ ਸਾਹਿਤ ਦਾ ਇੱਕ ਹਿੱਸਾ ਆ ਬਿਲਕੁਲ ਠੀਕ ਤਾਂ ਉਹਦੇ ਰਾਹੀਂ ਅਸੀਂ ਆਪਣੇ ਸਮਾਜ ਨੂੰ ਸਮਝਣ ਦਾ ਯਤਨ ਕਰਦੇ ਹਾਂ ਕਿਉਂਕਿ ਕਹਿੰਦੇ ਨੇ ਕਿ ਜਿਹੜਾ ਸਾਹਿਤ ਹੈ ਉਹ ਸਮਾਜ ਦਾ ਦਰਪਣ ਹੈ ਤੇ ਅਸੀਂ ਕਿਸ ਤਰ੍ਹਾਂ ਆਪਣੇ ਸਮਾਜ ਨੂੰ ਸਮਝਦੇ ਹਾਂ ਜਦੋਂ ਅਸੀਂ ਸਾਹਿਤ ਦੀ ਗੱਲ ਕਰਦੇ ਹਾਂ ਸਾਹਿਤ ਨੂੰ ਪੜ੍ਹਦੇ ਹਾਂ ਦੇਖੋ ਸਾਡੇ ਸਮਾਜ ਨੂੰ ਸਾਰੇ ਨੂੰ ਸਮਝਣ ਵਾਸਤੇ ਸਾਨੂੰ ਜਿਹੜਾ ਸਾਹਿਤ ਹੈ ਨਾ ਉਹਦੀ ਬੜੀ ਜ਼ਰੂਰਤ ਹੈ ਜੇ ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਵਿੱਚ ਜੋ ਕੁਛ ਉਹਨਾਂ ਨੇ ਬੋਲਿਆ ਜਾਂ ਲਿਖਿਆ ਅਤੇ ਉਸ ਸਮੇਂ ਜੇ ਸਾਡੇ ਸਾਹਮਣੇ ਉਹ ਨਾ ਆਉਂਦਾ ਤਾਂ ਅਸੀਂ ਬਾਬਰ ਦੇ ਰਾਜ ਦੀਆਂ ਗੱਲਾਂ ਜਿਹੜੀਆਂ ਸੀ ਉਹਨੂੰ ਸਮਝ ਨਹੀਂ ਸੀ ਸਕਦੇ ਜਾਂ ਬਾਬਰ ਦੇ ਰਾਜ ਦਾ ਪ੍ਰਬੰਧ ਆ ਉਸਨੂੰ ਸਮਝ ਨਹੀਂ ਸੀ ਸਕਦੇ ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਉਸ ਤੋਂ ਬਾਅਦ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਦੇ ਬਾਰੇ ਸ਼ਾਹ ਮੁਹੰਮਦ ਨਹੀਂ ਲਿਖਦਾ ਅਤੇ ਅਸੀਂ ਉਸ ਚੀਜ਼ ਨੂੰ ਸਮਝਣਾ ਸਾਡੇ ਕੋਲ ਬਹੁਤ ਔਖਾ ਸੀ ਕਿਉਂਕਿ ਹਿਸਟਰੀ ਜਿਹੜੀ ਆ ਉਹ ਲਿਖਵਾਈ ਜਾਂਦੀ ਆ ਉਹਦੇ ਵਿੱਚ ਐਡੀਟਿੰਗ ਹੁੰਦੀ ਆ ਉਹਦੇ ਵਿੱਚ ਸਰਕਾਰੀ ਪ੍ਰਬੰਧਾਂ ਦੀ ਦਖਲਅੰਦਾਜ਼ੀ ਆ ਜਾਂਦੀ ਹੈ ਸਾਹਿਤ ਇੱਕ ਇਸ ਤਰ੍ਹਾਂ ਦਾ ਵਿਸ਼ਾ ਆ ਸਾਹਿਤ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਸਾਡੇ ਕੋਲ ਜਿਹੜਾ ਜਿਹਦੇ ਵਿੱਚ ਦਖਲਅੰਦਾਜ਼ੀ ਨਹੀਂ ਆਉਂਦੀ ਹਾਂ ਜਿਹੜਾ ਬਹੁਤ ਔਖਾ ਹੋਵੇ ਜਾਂ ਸਰਕਾਰਾਂ ਨੂੰ ਦਿਲ ਦੇ ਵਾਸਤੇ ਤਿੱਖਾ ਹੋਵੇ ਉਹ 'ਤੇ ਪਾਬੰਦੀਆਂ ਜ਼ਰੂਰ ਲੱਗ ਜਾਂਦੀਆਂ ਨੇ ਪਰ ਉਹ ਕਿਸੇ ਨਾ ਕਿਸੇ ਰੂਪ 'ਚ ਸਾਡੇ ਸਾਹਮਣੇ ਆ ਜਾਂਦਾ ਸੋ ਇਸ ਜਿਹੜਾ ਸਾਹਿਤ ਆ ਉਹ ਸਾਨੂੰ ਸਾਰਾ ਕੁਛ ਬੀਤੇ ਵਿੱਚ ਕੀ ਹੋਇਆ ਜਾਂ ਮਨੁੱਖ ਦਾ ਕਿਸ ਤਰ੍ਹਾਂ ਦਾ ਰਹਿਣ ਸਹਿਣ ਸੀ ਉਹਦੀਆਂ ਕੀ ਆਦਤਾਂ ਸੀ ਕਿਸ ਤਰ੍ਹਾਂ ਸਾਰਾ ਸਿਸਟਮ ਸੀ ਉਹਦੇ ਜੀਵਨ ਕਾਲ ਉਹਦਾ ਸੀਗਾ ਉਹਦੇ ਬਾਰੇ 'ਚ ਦੱਸਦਾ ਉਹ ਸਾਰਾ ਸਾਹਿਤ ਹੀ ਹੈ ਜੀ ਅਤੇ ਸਾਹਿਤ ਰਾਹੀਂ ਹੀ ਅਸੀਂ ਸਮਝਦੇ ਹਾਂ ਸਾਰਾ ਕੁਛ ਜੀ ਅਤੇ ਹੁਣ ਵੇਖਿਆ ਜਾਵੇ ਤਾਂ ਜਿੰਨੀ ਵੀ ਅੱਜ ਅਸੀਂ ਜ਼ਿੰਦਗੀ ਜੀ ਰਹੇ ਹਾਂ ਅਸੀਂ ਸਾਹਿਤ ਪੜ੍ਹਦੇ ਹਾਂ ਜਦੋਂ ਅਸੀਂ ਸਕੂਲੀ ਵਿੱਦਿਆ ਵੀ ਸਟਾਰਟ ਕਰਦੇ ਹਾਂ ਤਾਂ ਉਦੋਂ ਵੀ ਸਾਹਿਤ ਬਾਰੇ ਬਹੁਤ ਸਾਰੀ ਕਿਤਾਬਾਂ ਜਿਹੜੀ ਸਾਨੂੰ ਪੜ੍ਹਨ ਨੂੰ ਮਿਲਦੀਆਂ ਨੇ ਤਾਂ ਜਦੋਂ ਸਮਾਜ ਦੇ ਵਿੱਚ ਅਸੀਂ ਵਿਚਰਦੇ ਹਾਂ ਤਾਂ ਫਿਰ ਸਾਹਿਤ ਅਤੇ ਸਮਾਜ ਦਾ ਇੱਕ ਗੂੜਾ ਸੰਬੰਧ ਹੈ ਅਤੇ ਉਸ ਸੰਬੰਧ ਨੂੰ ਕਿਵੇਂ ਅਸੀਂ ਦੱਸ ਸਕਦੇ ਹਾਂ ਜਾਂ ਕਹਿ ਸਕਦੇ ਹਾਂ ਦੇਖੋ ਮੈਂ ਉਹੀ ਗੱਲ ਕਰ ਰਿਹਾ ਸੀ ਨਾ ਵੀ ਸਮਾਜ ਦੀ ਜਿਹੜੀ ਬਣਤਰ ਆ ਜੀ ਇੱਕ ਆਦਮੀ ਜਨਮ ਤੋਂ ਲੈ ਕੇ ਉਹਦੇ ਆਖਰੀ ਦਮ ਤੱਕ ਉਹ ਜਿੰਨਾ ਉਹਦੇ ਸਫ਼ਰ ਕਰਦਾ ਇਸ ਜ਼ਿੰਦਗੀ ਦਾ ਉਹਦੀ ਹਰ ਜਨਮ ਤੋਂ ਲੈ ਕੇ ਜਵਾਨੀ ਦੇ ਬੁਢਾਪੇ ਦੇ ਵਿਆਹ ਦੇ ਉਹਦੇ ਸਾਰੇ ਬਾਰੇ ਸਾਹਿਤ ਦੀਆਂ ਆਪਣੀਆਂ ਆਪਣੀਆਂ ਰਸਮਾਂ ਤੁਹਾਡੇ ਸਾਹਮਣੇ ਆਉਂਦੇ ਆ ਗੀਤ ਆਉਂਦੇ ਘੋੜੀਆਂ ਆਉਂਦੀਆਂ ਹੈ ਨਾ ਟੱਪੇ ਆਉਂਦੇ ਬੜਾ ਕੁਛ ਸਾਡੇ ਕੋਲ ਆਉਂਦਾ ਸਾਡੇ ਸਾਹਮਣੇ ਉਹਦੇ ਰਾਹੀਂ ਅਸੀਂ ਜਿਹੜਾ ਸਾਡੀ ਮਾਨਸਿਕਤਾ ਵਾ ਬੰਦੇ ਦੀ ਮਨੋ ਸਥਿਤੀ ਆ ਜਾਂ ਉਸ ਸਮਾਜ ਜਿਹੜਾ ਉਹ ਕਿਸ ਤਰ੍ਹਾਂ ਦਾ ਸਮਾਜ ਆ ਉਹ ਸੱਭਿਅਕ ਆ ਅਸੱਭਿਅਕ ਆ ਉਸ ਸਮੇਂ ਦੇ ਵਿੱਚ ਲੋਕ ਜਿਹੜੇ ਆ ਬੁੱਧੀਮਾਨ ਨੇ ਜਾਂ ਨਹੀਂ ਜਾਂ ਉਸ ਸਮੇਂ ਦੇ ਵਿੱਚ ਲੋਕ ਜਿਹੜੇ ਆ ਉਹ ਕਿੰਨੇ ਸਿਆਣੇ ਨੇ ਉਹ ਸਾਰਾ ਕੁਝ ਅਸੀਂ ਸਮਝਦੇ ਹਾਂ ਸਾਹਿਤ ਦੇ ਰਾਹੀਂ ਅਤੇ ਸਾਹਿਤ ਜਿਹੜਾ ਸਾਨੂੰ ਉਹ ਸਮਝਾਉਂਦਾ ਆ ਕਿ ਸਾਡਾ ਸਮਾਜ ਕਿਸ ਤਰ੍ਹਾਂ ਦਾ ਸੀ ਅਤੇ ਕਿਸ ਤਰ੍ਹਾਂ ਦਾ ਉਹਨੇ ਗਾਂਹ ਬਣਨਾ ਚਾਹੀਦਾ ਜੀ ਪਰ ਜੇ ਅੱਜ ਦੇ ਸਮੇਂ ਦੀ ਅਸੀਂ ਗੱਲ ਕਰੀਏ ਕਿ ਅਸੀਂ ਕਹਿੰਦੇ ਕਿ ਟੈਕਨੋਲੋਜੀ ਦਾ ਸਮਾਂ ਇੰਟਰਨੈਟ ਦਾ ਸਮਾਂ ਹੈ ਅਤੇ ਅੱਜ ਦੇ ਸਮੇਂ ਦੇ ਵਿੱਚ ਕੀ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਸਾਹਿਤ ਦੇ ਨਾਲ ਜੁੜ ਰਹੀ ਹੈ
देखो साहित टेक्नोलॉजी तो भी मिलता वा सानू जिहड़ी लेटेस्ट साड़ी टेक्नोलॉजी आ कंप्यूटर युग दे विच आण के उहदे राहीं सानू साहित दे बहुत सारे जिहड़े चीज़ां ने उह सानू उपलब्ध होईआं जिहड़ियां शायद उस तरह आम बंदे वास्ते औखियां सी बिल्कुल पर उहदा नुकसान इह है कि जिहड़ियां साडियां लिखियां किताबां ने जिहड़ियां आम पाठक दे कोल पहुंचणियां चाहीदियां सी उह कंप्यूटर दे क्योंकि कंप्यूटराइज्ड हर किताब जिहड़ी उह कंप्यूटर ते नहीं मिलदी नहीं ਤਾਂ ਬਹੁਤ ਚੰਗੀਆਂ ਕਿਤਾਬਾਂ ਜਿਹੜੀਆਂ ਉਹ ਹੁਣ ਹੌਲੀ ਹੌਲੀ ਕੰਪਿਊਟਰ 'ਤੇ ਆ ਰਹੀਆਂ ਨੇ ਮੇਰੇ ਖਿਆਲ ਇਹ ਜਿਹੜਾ ਤਕਲੀਫ ਸਾਡੀ ਸੀ ਕੰਪਿਊਟਰ ਯੁੱਗ ਨੇ ਥੋੜ੍ਹੀ ਜਿਹੀ ਦੂਰੀ ਪੈਦਾ ਕੀਤੀ ਸੀ ਇੱਕਦਮ ਕਿਤਾਬਾਂ ਦੇ ਵਿੱਚ ਅਤੇ ਜਿਹੜੇ ਨੈੱਟ ਜਿਹੜੀ ਹੈਗੀ ਹੈ ਸਿਸਟਮ ਹੈ ਇਹਦੇ ਵਿੱਚ ਪਰ ਉਹ ਹੌਲੀ ਹੌਲੀ ਦੂਰ ਹੋ ਰਹੀ ਹੈ ਕਿਉਂਕਿ ਬਹੁਤ ਸਾਰੀਆਂ ਚੰਗੀਆਂ ਕਿਤਾਬਾਂ ਜਿਹੜੀਆਂ ਉਹ ਹੁਣ ਔਨਲਾਈਨ ਆ ਰਹੀਆਂ ਨੇ ਅਤੇ ਉਹਨਾਂ ਦੇ ਵਾਸਤੇ ਜਿਹੜੇ ਨੌਜਵਾਨ ਨੇ ਜਾਂ ਯੁਵਕ ਨੇ ਜਾਂ ਵਿਦਿਆਰਥੀ ਨੇ ਜਿਨ੍ਹਾਂ ਨੇ ਲੋਕਾਂ ਨੇ ਇਸ ਚੀਜ਼ ਦੀ ਘੋਖ ਕਰਨੀ ਆ ਪੜਤਾਲ ਕਰਨੀ ਆ ਉਹਨੂੰ ਦੇਖਣਾ ਸਮਝਣਾ ਉਹਦੇ ਵਾਸਤੇ ਸਾਰਾ ਕੁਝ ਉਪਲਬਧ ਹੋ ਰਿਹਾ ਤੁਸੀਂ ਕਿਹਾ ਨਾ ਚੰਗੀਆਂ ਕਿਤਾਬਾਂ ਅਤੇ ਇਸੇ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਅਤੇ ਅਕਸਰ ਕਹਿੰਦੇ ਕਿ ਚੰਗੇ ਸਾਹਿਤ ਨਾਲ ਜੁੜਨਾ ਚਾਹੀਦਾ ਚੰਗਾ ਸਾਹਿਤ ਪੜ੍ਹਨਾ ਚਾਹੀਦਾ ਅਤੇ ਫਿਰ ਚੰਗੀਆਂ ਕਿਤਾਬਾਂ ਜਾਂ ਚੰਗਾ ਸਾਹਿਤ ਅਸੀਂ ਕਿਹਨੂੰ ਕਹਾਂਗੇ ਦੇਖੋ ਸਾਡੇ ਕੋਲ ਪੰਜਾਬੀ ਜ਼ਬਾਨ ਦੇ ਵਿੱਚ ਲਿਖਣ ਵਾਸਤੇ ਨਾਵਲਕਾਰ ਸਰਦਾਰ ਨਾਨਕ ਸਿੰਘ ਜਸਵੰਤ ਕਵਲ ਵਰਗੇ ਹਸਤਾਖਰ ਸਾਡੇ ਕੋਲ ਰਹੇ ਨੇ ਜਿਨ੍ਹਾਂ ਨੂੰ ਅਸੀਂ ਪੜ੍ਹ ਕੇ ਆਪਣੀ ਜੀਵਨ ਦੀ ਬੁਨਿਆਦ ਜਿਹੜੀ ਉਹ ਰੱਖੀ ਆ ਮੇਰਾ ਪਿੰਡ ਗਿਆਨੀ ਗੁਰਦਿੱਤ ਸਿੰਘ ਹੋਣਾ ਦੀ ਇੱਕ ਕਿਤਾਬ ਆ ਜਿਹਦੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਜਿਹੜੇ ਪਿੰਡਾਂ ਦੇ ਵਿੱਚ ਰਹਿਣ ਵਾਲਾ ਪੰਜਾਬੀ ਆ ਜਾਂ ਇੱਕ ਸਧਾਰਨ ਪੰਜਾਬੀ ਆ ਉਹਦੀ ਮਨੋਸਥਿਤੀ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਆ ਉਹ ਖੇਤ ਖਲਿਆਣ ਦੇ ਵਿੱਚ ਕੀ ਸੋਚਦਾ ਉਹ ਬੰਦਾ ਖੁਸ਼ੀ ਦੇ ਵਿੱਚ ਕੀ ਸੋਚਦਾ ਉਹ ਬੰਦਾ ਗਮੀ ਦੇ ਵਿੱਚ ਕੀ ਸੋਚਦਾ ਇਹੋ ਜਿਹੀਆਂ ਕਿਤਾਬਾਂ ਜਿਹੜੀਆਂ ਨਾ ਉਹਦੀ ਸਾਰੀ ਮਨੋਸਥਿਤੀ ਦੀ ਪਿਕਚਰ ਹੈ ਜਿਹੜੀ ਉਹ ਸਾਡੇ ਸਾਹਮਣੇ ਪੇਸ਼ ਕਰ ਦਿੰਦੀਆਂ ਨੇ ਇਹ ਕਿਤਾਬਾਂ ਸੋ ਇਹ ਜਦੋਂ ਅਸੀਂ ਆਦਮੀ ਦੀ ਮਾਨਸਿਕਤਾ ਪੜ੍ਹ ਲਈ ਅਤੇ ਉਸ ਨੂੰ ਅਸੀਂ ਸਮਝਣ 'ਚ ਕੰਟਰੋਲ ਕਰਨ 'ਚ ਉਹਦੇ ਉਹਨੂੰ ਕੋਈ ਚੰਗਾ ਸਮਝਾਉਣ ਦੇ ਵਿੱਚ ਉਹਨੂੰ ਸਮਾਜ ਦੇ ਅੱਗੇ ਲੈ ਕੇ ਜਾਣ ਦੇ ਵਿੱਚ ਫਿਰ ਉਹ ਬੰਦਾ ਸਹਾਈ ਹੁੰਦਾ ਮੈਂ ਤੁਹਾਡੇ ਨਾਲ ਇੱਕ ਘਟਨਾ ਯਾਦ ਕਰਨੀ ਦੱਸਣਾ ਕਿ ਸਾਡੇ ਕੋਲ ਪਿਛਲੇ ਸਮਿਆਂ ਦੇ ਵਿੱਚ ਨਾ ਅਮੈਰੀਕਾ ਦੇ ਵਿੱਚ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਇੱਕ ਅੰਗਰੇਜ਼ ਕੁੜੀ ਆਈ ਉਹ ਪੀ ਐੱਚ ਡੀ ਕਰ ਰਹੀ ਸੀ ਉੱਥੇ ਪੰਜਾਬੀਆਂ ਦੇ ਸੁਭਾਅ ਦੇ ਉੱਤੇ ਬਿਓਂਡ ਦਾ ਭੰਗੜਾ ਵੀ ਪੰਜਾਬੀਆਂ ਦਾ ਜਿਹੜਾ ਸੱਭਿਆਚਾਰ ਹੈ ਉਹਦੇ ਵਿੱਚ ਹੋਰ ਵੀ ਕੁਛ ਹੈਗਾ ਕਿ ਜਿਹੜਾ ਭੰਗੜਾ ਪਾ ਕੇ ਨੱਚ ਟੱਪੀ ਇਹਨਾਂ ਦੇ ਕੋਲ ਆ ਅਤੇ ਅਸੀਂ ਉਹਨੂੰ ਕਿਹਾ ਵੀ ਤੁਸੀਂ ਇਸ ਚੀਜ਼ ਨੂੰ ਮਾਨਸਿਕਤਾ ਨੂੰ ਕਿਉਂ ਸਾਰਾ ਕੁਝ ਪੜ੍ਹਦੇ ਪਏ ਜੇ ਉਹ ਕਹਿੰਦੀ ਵੀ ਸਾਡੇ ਦੇਸ਼ ਦੇ ਵਿੱਚ ਸਾਡੇ ਜਿਹੜੇ ਵਾਸ਼ਿੰਗਟਨ ਵਰਗੇ ਸਿਟੀ ਨੇ ਉਹਨਾਂ ਦੇ ਵਿੱਚ ਦੁਨੀਆ ਦੀਆਂ ਨੇਸ਼ਨਸ ਜਿੰਨੀਆਂ 600 ਤੋਂ ਵੱਧ ਨੇਸ਼ਨਸ ਨੇ ਉਹਨਾਂ ਦੇ ਸਾਰੇ ਹੀ ਲੋਕ ਵੱਸਦੇ ਆ ਅਤੇ ਜੇ ਅਸੀਂ ਉਹਨਾਂ ਦੀ ਮਾਨਸਿਕ ਸਥਿਤੀ ਜਿਹੜੀ ਉਹਨੂੰ ਸਮਝੀਏ ਨਾ ਤਾਂ ਅਸੀਂ ਉਹਨੂੰ ਕੰਟਰੋਲ ਨਹੀਂ ਕਰ ਸਕਦੇ ਸੋ ਉਹ ਅਸੀਂ ਸਾਰਾ ਕੁਝ ਲੱਭਦੇ ਹਾਂ ਕਿ ਬੰਦਾ ਹੱਸਦਾ ਕਦੋਂ ਆ ਬੰਦਾ ਗਾਲ ਮੰਦਾ ਕਦੋਂ ਕਰਦਾ ਵਾ ਬੰਦਾ ਲੜਦਾ ਕਦੋਂ ਆ ਬੰਦਾ ਜਿਹੜਾ ਵਾ ਉਹ ਸ਼ਾਂਤ ਕਦੋਂ ਆ ਬੰਦਾ ਜਿਹੜਾ ਵਾ ਆਪੇ ਤੋਂ ਬਾਹਰ ਕਦੋਂ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਡੀ ਮਾਨਸਿਕਤਾ ਨੂੰ ਸਮਝਣ ਵਾਸਤੇ ਉਹ ਲੋਕ ਸਾਡੇ 'ਤੇ ਘੋਖ ਕਰਦੇ ਆ ਇਹਦੇ ਉਲਟ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ ਸਾਡੇ ਕੋਲ ਯੂਪੀ ਅਤੇ ਬਿਹਾਰ ਤੋਂ ਆਉਂਦੇ ਨੇ ਲੋਕ ਅਸੀਂ ਉਹਨਾਂ ਦੀ ਮਾਨਸਿਕਤਾ ਸਮਝਣ ਦੀ ਕਦੀ ਗੱਲ ਨਹੀਂ ਕੀਤੀ ਜੀ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਜੇ ਅਸੀਂ ਉਹਨਾਂ ਚੀਜ਼ਾਂ ਨੂੰ ਸਾਰਾ ਕੁਝ ਨੂੰ ਸਮਝੀਏ ਤਾਂ ਮੇਰਾ ਖਿਆਲ ਹੈ ਜਿਹੜਾ ਸਾਡਾ ਵਖਰੇਵਾਂ ਆ ਜਿਹੜਾ ਸਾਡਾ ਜਿਹੜਾ ਲੜਾਈ ਝਗੜਾ ਵਾ ਜਾਂ ਬੋਲੀ ਦੀ ਸਮੱਸਿਆ ਜਾਂ ਭਾਸ਼ਾ ਦੀ ਸੰਭਿਆ ਉਹ ਉਹਨਾਂ ਨੂੰ ਅਸੀਂ ਉਹਨਾਂ ਨੂੰ ਮੌਕਾ ਦਈਏ ਸਮਝਣ ਦਾ ਅਤੇ ਸਾਰਾ ਕੁਝ ਮਸਲੇ ਹੱਲ ਹੋ ਜਾਂਦੇ ਆ ਇਸ ਕਰਕੇ ਸਰਕਾਰਾਂ ਨੂੰ ਵੀ ਚਾਹੀਦਾ ਸਮੇਂ ਸਮਾਜ ਦੇ ਵਿੱਚ ਜਿਹੜੇ ਸਮਾਜ ਸ਼ਾਸਤਰੀ ਆ ਜਿਹੜੇ ਸਾਡੇ ਸਿੱਖਿਆ ਸ਼ਾਸਤਰੀ ਆ ਉਹਨਾਂ ਨੂੰ ਵੀ ਇਹ ਗੱਲ ਚਾਹੀਦੀ ਆ ਕਿ ਹਰ ਇੱਕ ਬੰਦੇ ਦੀ ਮਾਨਸਿਕਤਾ ਜਿਹੜੀ ਅਜੇ ਤੁਸੀਂ ਸਮਝ ਲੈਂਦੇ ਹੋ ਅਤੇ ਉਹ ਸੌਖਾ ਕੰਟਰੋਲ ਹੋ ਜਾਂਦਾ ਉਹ ਸੌਖਾ ਆਗਿਆਕਾਰ ਵੀ ਬਣ ਜਾਂਦਾ ਅਤੇ ਜੇ ਅਸੀਂ ਹੁਣ ਦੇਖੀਏ ਕਿ ਹੁਣ ਪੰਜਾਬੀਆਂ ਦੀ ਗੱਲ ਕਰੀਏ ਤਾਂ ਆਪਣੇ ਸਾਹਿਤ ਦੀ ਸਭ ਤੋਂ ਪਹਿਲੇ ਜੇ ਤੁਸੀਂ ਗੱਲ ਕਰਦੇ ਹਾਂ ਆਪਣੇ ਸੱਭਿਆਚਾਰ ਦੀ ਗੱਲ ਕਰਦੇ ਹਾਂ ਤਾਂ ਜੇ ਸਾਡੇ ਸੁਭਾਅ ਨੂੰ ਸਮਝਣਾ ਹੋਵੇ ਜਾਂ ਪੰਜਾਬੀਆਂ ਦੇ ਸੁਭਾਅ ਨੂੰ ਸਮਝਣਾ ਹੋਵੇ ਕਿ ਸਾਹਿਤ ਉਹਦੇ ਵਿੱਚ ਪੂਰੀ ਮਦਦ ਕਰੇਗਾ ਅਸੀਂ ਇਹ ਸਮਝੀਏ ਜਿੱਦਾਂ ਸਾਡੇ ਅੱਜ ਕੱਲ੍ਹ ਗਾਇਕੀ ਦੇ ਵਿਗਾੜ ਨੇ ਜਿਹੜਾ ਪਿਛਲਿਆਂ ਸਮਿਆਂ ਦੇ ਵਿੱਚ ਜੀ ਇੱਕ ਛੋਟਾ ਅੰਗ ਹੈ ਗਾਇਕੀ ਪੰਜਾਬੀ ਸਾਹਿਤ ਦਾ ਪੰਜਾਬੀ ਸੱਭਿਆਚਾਰ ਦਾ ਜੀ ਉਸ ਦੇ ਵਿੱਚ ਵਿਗਾੜ ਪੈਦਾ ਹੋਇਆ ਉਹ ਕਿਉਂਕਿ ਜਿਹੜੀ ਮੰਡੀ ਜਿਹਦਾ ਗਲਬਾ ਆ ਪੂਰੇ ਜਿਹੜਾ ਵੱਡੀਆਂ ਮੰਡੀਆਂ ਦੇ ਉੱਤੇ ਕਬਜ਼ਾ ਕਰ ਰਹੀ ਹੈ ਜਿਹੜੀ ਦੇਸ਼ਾਂ ਦੇ ਵਿੱਚ ਜਾ ਕੇ ਆਪਣਾ ਮਾਲ ਵੇਚਣ ਵਾਲੀਆਂ ਜਿਹੜੇ ਲੋਕ ਨੇ ਬਹੁ ਕੌਮੀ ਰਾਸ਼ਟਰੀ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਮਲਟੀਨੈਸ਼ਨਲ ਕੰਪਨੀਆਂ ਕਹਿ ਦਿੰਦੇ ਹਾਂ ਉਹਨਾਂ ਦਾ ਇੱਕ ਹੈਗਾ ਕਿ ਅਸੀਂ ਵਿਖਾਵੇ ਵਾਲੇ ਲੋਕਾਂ ਨੂੰ ਉਤਸ਼ਾਹਿਤ ਕਰਨ ਵਾਲੇ ਲੋਕਾਂ ਨੂੰ ਸੁਪਨ ਸਾਈਜ਼ ਮਤਲਬ ਅਸਲੀਅਤ ਤੋਂ ਕੋਰੇ ਉਹ ਚੀਜ਼ਾਂ ਵਿਖਾਈਏ ਤਾਂ ਕਿ ਲੋਕ ਸਾਡੇ ਜਿਹੜੇ ਉਹ ਮੰਡੀ ਦੇ ਨਾਲ ਜੁੜਨ ਤਾਂ ਕਿ ਜਿਹੜੇ ਆਮ ਲੋਕਾਂ ਦੀਆਂ ਲੋੜਾਂ ਨੇ ਲੋਕਾਂ ਦੀ ਸਮਝ ਹੈ ਉਹਦੇ ਤੋਂ ਲੋਕ ਦੂਰ ਹੋਣ ਅਤੇ ਆਪਣੇ ਸੱਭਿਆਚਾਰ ਤੋਂ ਆਪਣੇ ਸਾਹਿਤ ਨੂੰ ਟੁੱਟ ਕੇ ਅਤੇ ਸਾਡੇ ਨਾਲ ਜੁੜਨ ਉਸ ਚੀਜ਼ ਨੇ ਸਾਡੇ ਦੇ ਵਿੱਚ ਵਿਗਾੜ ਪੈਦਾ ਕੀਤਾ ਉਸਨੇ ਇੱਕ ਫੋਕੀ ਕਿਸਮ ਦੀ ਹਉਮੇ ਜਿਹੜੀ ਆ ਉਹਨੂੰ ਉਭਾਰਿਆ ਉਹਦੇ ਤੋਂ ਆਪਾਂ ਦੇਖ ਰਹੇ ਹਾਂ ਖਰਚੇ ਸਾਡੇ ਵਧੇ ਸਾਰਾ ਕੁਛ ਵਧਿਆ ਉਹਦੇ ਸਾਨੂੰ ਦਿੱਤਾ ਕੀ ਸਾਨੂੰ ਖੁਦਕੁਸ਼ੀਆਂ ਦਿੱਤੀਆਂ ਸਾਨੂੰ ਕਰਜ਼ੇ ਦਿੱਤੇ ਸਾਨੂੰ ਇਸ ਤਰ੍ਹਾਂ ਦੇ ਸਮਾਜ ਦੇ ਵਿੱਚ ਚੀਜ਼ਾਂ ਦਿੱਤੀਆਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਨਹੀਂ ਸੀ
बेलोड़े खर्चे जां बेलोड़ी दखलअंदाजी किसी के काम के विच वो सारा कुछ जिहड़ा वा वो जे साहित बंदे पढ़ते जां साहित नूं समझिया हुंदा अपने पंजाब दे नूं पंजाबी सभ्याचार नूं समझांदा पंजाबी साहित नूं समझांदा तां मेरा ख्याल है कि ये चीज़ों तो बचा जा सकता है। जिहड़े लोग अज इन्हां चीज़ों तो बचा की गल करते हैं यदा मतलब है कि वो समझते हैं कि साडा सुभा होर सी साडी रहनी सहनी करनी कहनी जिहड़ी आ होर सी कि साहित साडे जीवन का एक कहिंदे ने कि ना टुटण वाला अंग है पर हौली हौली इहदा रूप जिहड़ा है बदल रहा चाहे वह गीतां की गल करिए या बाकी चीज़ पर जन्म तो लैके जो एक इंसान वड्डा हुंदा है गांह वधदा है तो हरेक जगह साहित्य का एक खास किरदार है खास रोल है आखिरी साह तक कह सकते हैं आपां तां वो किवें प्रभावित करता है साडी जिंदगी नूं या हरेक इंसान की जिंदगी नूं। वेखो आदमी के जन्म के समय के साडे समाज की एक धारा ने जिहड़ी लंबे समय तो दरियावां की धारा वांग साडे ਲੋਕਾਂ ਤੱਕ ਵਹਿੰਦੀ ਆਈ ਹੈ ਜੀ ਜੀ ਉਹਦੇ ਵਿਰਸ ਉਹਨੂੰ ਆਪਾਂ ਵਿਰਸਾ ਕਹਿ ਲੈਂਦੇ ਹਾਂ ਸਾਡੀ ਵਿਰਾਸਤ ਕਹਿ ਲੈਂਦੇ ਹਾਂ ਜੀ ਉਸ ਵਿਰਾਸਤ ਦੇ ਵਿੱਚੋਂ ਅਸੀਂ ਕੋਈ ਚੰਗੀਆਂ ਗੱਲਾਂ ਲੈ ਕੇ ਅਤੇ ਅੱਜ ਅਸੀਂ ਬੱਚੇ ਦੇ ਜਨਮ ਦੇ ਵੇਲੇ ਜਿਹੜੀ ਹੈ ਨਾ ਉਹਨਾਂ ਦੀ ਗਾਇਨ ਕਰਦੇ ਹਾਂ ਉਹਨਾਂ ਦੇ ਬਾਰੇ 'ਚ ਬੋਲਦੇ ਹਾਂ ਲੋਰੀਆਂ ਦਿੰਦੇ ਬੱਚਿਆਂ ਨੂੰ ਉਹ ਸਾਰੀਆਂ ਸਾਡੀਆਂ ਸਾਹਿਤ ਦੇ ਵਿੱਚੋਂ ਮੌਖਿਕ ਰੂਪ 'ਚ ਸਾਡੇ ਸਾਹਮਣੇ ਆਈਆਂ ਜਾਂ ਲਿਖਤੀ ਰੂਪ 'ਚ ਸਾਡੇ ਕੋਲ ਅੱਜ ਕੱਲ੍ਹ ਆ ਗਿਆ ਸਾਰਾ ਕੁਛ ਜੀ। ਇਸੇ ਤਰ੍ਹਾਂ ਬੱਚਾ ਜਵਾਨ ਹੁੰਦਾ ਉਹ ਉਸ ਜਵਾਨੀ ਦੇ ਨਾਲ ਜੋੜ ਕੇ ਬਹੁਤ ਸਾਰੀਆਂ ਚੀਜ਼ਾਂ ਸਾਡੇ ਕੋਲ ਨੇ। ਫਿਰ ਬੱਚੇ ਵਿਆਹ ਹੁੰਦਾ ਕਿਸੇ ਦਾ ਵਿਆਹ ਦੇ ਉੱਤੇ ਮਾਮਿਆਂ ਦਾ ਮਾਸੀਆਂ ਦਾ ਭਰਾਵਾਂ ਦਾ ਪਿਓ ਦਾ ਮਾਂ ਦਾ ਭੈਣਾਂ ਦਾ ਰੋਲ ਜਿਹੜਾ ਨਾ ਉਹ ਪ੍ਰਭਾਸ਼ਿਤ ਕੀਤਾ ਉਹ ਸਾਰੀਆਂ ਸਾਹਿਤਕ ਵੰਨਗੀਆਂ ਨੇ। ਇਸੇ ਤਰ੍ਹਾਂ ਫਿਰ ਉਸ ਤੋਂ ਬਾਅਦ ਉਸ 'ਤੇ ਫੈਮਿਲੀ ਦੇ ਵਿੱਚ ਗਾੜੀ ਵਾਧਾ ਹੁੰਦਾ ਅਤੇ ਉਸ ਤਰ੍ਹਾਂ ਉਸ ਸਮੇਂ ਦਾ ਸਾਰਾ ਕੁਛ ਮਿਲ ਜਾਂਦਾ। ਮੇਰਾ ਮਤਲਬ ਕਹਿਣ ਦਾ ਮਤਲਬ ਵੀ ਆਖਰੀ ਰਸਮਾਂ ਤੱਕ ਆਦਮੀ ਦੀਆਂ ਸਾਰਾ ਕੁਛ ਜਿਹੜਾ ਉਹ ਪ੍ਰਭਾਸ਼ਿਤ ਸਾਨੂੰ ਮਿਲਦਾ ਹੈ ਉਹ ਸਾਰਾ ਕੁਛ ਸਾਨੂੰ ਦੱਸਦਾ ਆ ਕਿ ਇਸ ਸਮਾਜ ਦੇ ਵਿੱਚੋਂ ਕੁਛ ਚੰਗੀਆਂ ਚੀਜ਼ਾਂ ਕੁਛ ਲੋਕਾਂ ਨੇ ਗ੍ਰਹਿਣ ਕਰਕੇ ਉਹ ਸਾਡੇ ਵਾਸਤੇ ਸਾਂਭੀਆਂ ਨੇ ਅਤੇ ਉਹ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਆ ਰਹੀਆਂ। ਇਹ ਸਾਹਿਤ ਦਾ ਰੋਲ ਆ। ਦੂਸਰੀ ਇੱਕ ਸੈਕਿੰਡ ਮੈਂ ਹੋਰ ਗੱਲ ਕਰਨੀ ਚਾਹੁੰਦਾ ਕਿ ਸਾਹਿਤ ਜਿਹੜਾ ਹੈ ਉਹਦਾ ਮੁੱਖ ਰੂਪ ਇਹ ਆ ਕਿ ਸਾਡੇ ਸਮਾਜ ਦੀ ਜਿਹੜੀ ਚਿੰਤਾ ਨਾ ਸਮਾਜ ਦਾ ਜਿਹੜਾ ਦੁੱਖ ਆ ਜਿਹੜੀ ਤਕਲੀਫਾਂ ਨੇ ਜਿਹੜੀਆਂ ਪਰੇਸ਼ਾਨੀਆਂ ਨੇ ਉਹਨਾਂ ਨੂੰ ਚਿੰਤਾ ਨੂੰ ਚਿੰਤਨ 'ਚ ਬਦਲਦਾ। ਬਿਲਕੁਲ ਠੀਕ ਗੱਲ ਜੀ। ਉਹ ਸਾਹਿਤ ਜਿਹੜਾ ਉਹ ਚਿੰਤਾ ਨੂੰ ਚਿੰਤਨ 'ਚ ਬਦਲਦਾ ਅਤੇ ਲੋਕਾਂ ਨੂੰ ਸੋਚਣ ਲਾਉਂਦਾ। ਲੋਕਾਂ ਨੂੰ ਜਦੋਂ ਸੋਚਦੇ ਨੇ ਲੋਕ ਤਾਂ ਫਿਰ ਚੀਜ਼ਾਂ ਦਾ ਹੱਲ ਨਿਕਲਦਾ। ਨਿਰੀ ਚਿੰਤਾ ਦੇ ਨਾਲ ਕੋਈ ਗੱਲ ਨਹੀਂ ਨਾ ਬਣਦੀ। ਸੋ ਸਾਹਿਤ ਜਾਂ ਲੇਖਕ ਜਾਂ ਜਿਹੜੀ ਸਾਡੀ ਲਿਖਣੀ ਆ ਜਾਂ ਸਾਡਾ ਸੱਭਿਆਚਾਰਕ ਵਿਰਾਸਤ ਆ ਸਾਡੀ ਉਹਦੇ ਵਿੱਚੋਂ ਜੇ ਅਸੀਂ ਸੋਚਣ ਵਾਸਤੇ ਮਜਬੂਰ ਹੁੰਦੇ ਹਾਂ ਤਾਂ ਅਸੀਂ ਆਪਣੇ ਬਾਰੇ ਅਤੇ ਸਮਾਜ ਬਾਰੇ ਚੰਗਾ ਵੀ ਸੋਚਦੇ ਹਾਂ ਮਾੜਾ ਵੀ ਸੋਚਦੇ ਹਾਂ। ਜੇ ਇੱਕ ਦਰਸ਼ਕ ਵੀ ਇਸ ਬਾਰੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ। ਹੈਲੋ, ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਬਹੁਤ ਹੀ ਵਧੀਆ ਡੀਡੀ ਪੰਜਾਬੀ ਦਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਅੱਜ ਇੱਕ ਸਾਹਿਤ ਤੇ ਸਮਾਜ ਦੀ ਗੱਲ ਉਚਾਰੀ ਹੈ। ਸ਼ੁਕਰੀਆ ਜੀ। ਦੇਖੋ ਜੀ, ਆਪਾਂ ਕਹਿ ਤਾਂ ਦਿੰਦੇ ਹਾਂ ਕਿ ਜਿਹੜਾ ਸਾਹਿਤ ਹੈ ਉਹ ਸਾਡੇ ਸਮਾਜ ਦਾ ਇੰਨਾ ਹੁੰਦਾ, ਸ਼ੀਸ਼ਾ ਹੁੰਦਾ ਹੈ, ਤੇ ਅੱਜ ਲੋਕ ਵੈਸੇ ਅਵੇਅਰਨੈਸ ਬਹੁਤ ਹੈ, ਬਹੁਤ ਕਿਤਾਬਾਂ ਨਾਲ ਬਹੁਤ ਜੁੜੇ ਹੋਏ ਆ, ਸਾਰੇ ਨਹੀਂ ਇੱਕੋ ਜਿਹੇ ਹੁੰਦੇ। ਪਰ ਸਾਹਿਤ ਦੇਖੋ ਸਾਡੀ ਜ਼ਿੰਦਗੀ ਨੂੰ ਜੀਵਨ ਜਾਂਚ ਸਿਖਾਉਂਦਾ ਹੈ ਨਾ। ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਸਾਡੇ ਬੁੱਧੀਜੀਵੀ ਵਰਗ ਨੇ ਲਿਖੀਆਂ, ਜਦੋਂ ਅਸੀਂ ਉਹਨਾਂ ਨੂੰ ਦਿਲ ਲਾ ਕੇ ਪੜ੍ਹਾਂਗੇ, ਮਨ ਲਾ ਕੇ ਪੜ੍ਹਾਂਗੇ ਤਾਂ ਸਾਡੀ ਜ਼ਿੰਦਗੀ ਸਵਾਰਦੀਆਂ ਕਿਤਾਬਾਂ ਸੀ। ਪਰ ਅਸੀਂ ਅੱਜ ਕੱਲ੍ਹ ਦੇਖਦੇ ਹਾਂ ਕਿ ਅਸੀਂ ਕਿੰਨਾ ਕੁ ਕਿਤਾਬਾਂ ਨਾਲ ਜੁੜੇ ਹਾਂ, ਕਿੰਨਾ ਕੁ ਪੜ੍ਹਦੇ ਹਾਂ। ਭਾਵੇਂ ਕਿ ਅਸੀਂ ਜਾਗਰੂਕ ਹੋ ਗਏ, ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਸਥਾਪਿਤ ਹੋ ਗਈਆਂ, ਜਿਹਦੇ ਵਿੱਚ ਵੱਡੀ ਪੱਧਰ 'ਤੇ ਜਿਹੜਾ ਹੈ ਕਿਤਾਬਾਂ ਸਾਨੂੰ ਜਿਹੜੀਆਂ ਹੈਗੀਆਂ ਉਪਲਬਧ ਹੁੰਦੀਆਂ, ਅਸੀਂ ਪੜ੍ਹਦੇ ਹਾਂ। ਪਰ ਅਸੀਂ ਲੋੜ ਹੈ ਸਮੇਂ ਦੀ ਕਿ ਸਾਡੇ ਅਸੀਂ ਬੱਚਿਆਂ ਨੂੰ ਵੀ ਅਵੇਅਰਨੈਸ ਕਰੀਏ, ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਜਿਹੜਾ ਹੈ ਚੰਗੀਆਂ ਕਿਤਾਬਾਂ ਦੀ ਰੁਚੀ ਉਹਨਾਂ ਦੇ ਵਿੱਚ ਪੈਦਾ ਕਰੀਏ, ਚੰਗਾ ਸਾਹਿਤ ਉਹਨਾਂ ਨੂੰ ਪੜ੍ਹਾਈਏ, ਤਾਂ ਕਿ ਜਿਹੜੀ ਕਿਤਾਬਾਂ ਤੋਂ ਪੜ੍ਹ ਕੇ ਉਹ ਆਪਣੀ ਜੀਵਨ ਜਾਂਚ ਆ ਜਿਹੜੀ ਵਧੀਆ ਬਣਾ ਸਕਣ। ਮਿਹਰਬਾਨੀ, ਸ਼ੁਕਰੀਆ ਜੀ ਫੋਨ ਕਾਲ ਕਰਨ ਦੇ। ਦੇਖੋ ਜਿਹੜੀ ਗੱਲ ਉਹਨਾਂ ਨੇ ਚਿੰਤਾ ਸਾਡੇ ਸਾਹਮਣੇ ਰੱਖੀ ਆ ਜੀ, ਉਹ ਇਹੀ ਆ ਕਿ ਜਿਹੜੇ ਸਾਹਿਤ ਨੂੰ ਲੋਕਾਂ ਤੱਕ ਲੈ ਕੇ ਜਾਣ ਵਾਲੇ ਲੋਕ ਆ ਉਹਨਾਂ ਦਾ ਕਾਫਲਾ ਇਸ ਯੁੱਗ ਦੇ ਵਿੱਚ ਛੋਟਾ ਜੀ। ਉਹਨਾਂ ਦੇ ਕੋਲ ਸੋਰਸ ਘੱਟ ਆ, ਉਹਨਾਂ ਕੋਲ ਜਿਹੜਾ ਢੰਗ ਆ ਵਿਚਰਨ ਦਾ ਜਾਂ ਉਹ ਵੀ ਆਪਣੇ ਜ਼ਿੰਦਗੀ ਦੇ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਫਸੇ ਪਏ ਆ, ਉਹਨਾਂ ਕੋਲ ਵੀ ਸਮੇਂ ਦੀ ਘਾਟ। ਇਸੇ ਤਰ੍ਹਾਂ ਜਿਹੜੀ ਚੀਜ਼ ਇੱਕ ਅਣ ਅਦਿੱਖ ਰੂਪ ਦੇ ਵਿੱਚ ਇੱਕ ਸ਼ਕਤੀ ਕੰਮ ਕਰਦੀ ਹੈ, ਜਿਹੜੀ ਇਹ ਨਹੀਂ ਚਾਹੁੰਦੀ ਕਿ ਲੋਕ ਆਪਣੇ ਸਮਾਜ ਦੇ ਬਾਰੇ 'ਚ ਚੰਗੀ ਤਰ੍ਹਾਂ ਜਾਣਨ, ਉਹ ਸਮਝਦੇ ਆ ਕਿ ਲੋਕ ਸੁਪਨਮਈ ਜ਼ਿੰਦਗੀ ਜਿਹੜੀ ਆ ਉਹਨੂੰ ਜੀਣ। ਉਹ ਉਹਨਾਂ ਦਾ ਕਾਫਲਾ ਵੱਡਾ, ਉਹਨਾਂ ਕੋਲ ਪੈਸੇ ਜ਼ਿਆਦਾ, ਉਹਨਾਂ ਕੋਲ ਸੋਰਸ ਜ਼ਿਆਦਾ, ਉਹਨਾਂ ਕੋਲ ਸੰਚਾਰ ਦੇ ਪ੍ਰਚਾਰ ਦੇ ਸਾਧਨ ਜ਼ਿਆਦੇ ਜੀ। ਸੋ ਇਸ ਕਰਕੇ ਸਾਡੀ ਚਿੰਤਾ ਜਿਹੜੀ ਹੈ ਨਾ ਉਹ ਅਸੀਂ ਇਹੋ ਜਿਹੇ ਪਲੇਟਫਾਰਮਾਂ ਦੇ ਉੱਤੇ ਆਣ ਕੇ ਆਪਣੀ ਗੱਲ ਕਰਦੇ ਹਾਂ। ਇਸੇ ਤਰ੍ਹਾਂ ਹੁਣ
ਸਾਹਿਤ ਦੇ ਵਿੱਚ ਮੇਲੇ ਲੱਗਦੇ ਆ, ਕਿਤਾਬਾਂ ਦੇ ਮੇਲੇ ਲੱਗਦੇ ਆ ਜੀ ਜੀ, ਤੁਹਾਡੇ ਸ਼ਹਿਰ ਦੇ ਵਿੱਚ ਵੀ ਲੱਗਦਾ, ਬਠਿੰਡੇ 'ਚ ਪਿਛਲੇ ਦਿਨਾਂ 'ਚ ਲੱਗਿਆ ਜੀ, ਇਹ ਲੋਕਾਂ ਤੱਕ ਚੀਜ਼ਾਂ ਪਹੁੰਚਾਉਣ ਦੀ ਗੱਲ ਹੈਗੀ ਹੈ। ਬਾਕੀ ਕਾਲਜਾਂ ਦੇ ਵਿੱਚ, ਸਕੂਲਾਂ ਦੇ ਵਿੱਚ ਜਿਹੜਾ ਵਾ ਉਹ ਸਾਹਿਤ ਪੜ੍ਹਾਇਆ ਜਾਂਦਾ, ਪਰ ਸਾਡੀ ਦੁੱਖ ਦੀ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਡੀਆਂ ਜਿਹੜੀਆਂ ਨੀਤੀਆਂ ਇਹ ਬਣ ਰਹੀਆਂ ਨੇ, ਜੇ ਸਿੱਖਿਆ ਨੀਤੀ ਬਣਦੀ ਆ ਤਾਂ ਉਹਦੇ 'ਚੋਂ ਸਿੱਖਿਆ ਘੱਟ ਗਾਇਬ ਹੁੰਦੀ ਜਾ ਰਹੀ ਆ, ਮਨਫੀ ਹੋ ਰਹੀ ਆ ਜੀ। ਨੀਤੀ ਬਣਦੀ ਆ, ਪਤਾ ਨਹੀਂ ਕਿਉਂ ਨਹੀਂ, ਕਿਸ ਤਰ੍ਹਾਂ ਦੀ ਨੀਤੀ ਬਣਦੀ ਆ, ਉਹਦੇ 'ਚੋਂ ਸਿੱਖਿਆ ਦੇ ਵਿੱਚੋਂ ਸਿੱਖਿਆ ਨੀਤੀ, ਜੇ ਸੱਭਿਆਚਾਰਕ ਨੀਤੀ ਬਣਦੀ ਆ ਤਾਂ ਉਹਦੇ 'ਚੋਂ ਸੱਭਿਆਚਾਰ ਮਨਫੀ। ਅਸੀਂ ਇਹ ਇਸ ਪਲੇਟਫਾਰਮ 'ਤੇ ਮੈਂ ਇਹ ਗੱਲ ਕਰਨੀ ਚਾਹੁੰਦੇ ਹਾਂ ਕਿ ਸਾਡੀਆਂ ਸਰਕਾਰਾਂ ਨੂੰ ਬਹੁਤ ਗਹਿਰ ਗੰਭੀਰ ਲੋਕਾਂ ਦੇ ਸੁਭਾਅ ਨੂੰ ਸਮਝਣ ਦੀ ਯਤਨ ਕਰਨੇ ਚਾਹੀਦੇ ਜੀ, ਬਿਲਕੁਲ, ਅਤੇ ਸਾਨੂੰ ਲੋਕਾਂ ਨੂੰ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਰਹਿਣਾ ਚਾਹੀਦਾ, ਬਿਲਕੁਲ ਜੀ ਗੱਲ। ਅਤੇ ਇਹ ਗੱਲਾਂ ਜਿਹੜੀਆਂ ਇਹ ਬਹੁਤ ਲੰਮੇ ਸਮੇਂ ਵਾਸਤੇ ਸਾਡੀ ਹੋਂਦ, ਪੰਜਾਬੀਆਂ ਦੀ ਹੋਂਦ ਖਾਸ ਕਰਕੇ, ਇਹ ਸਾਰਾ ਕੁਝ ਉਹਦੇ ਨਾਲ ਜੁੜਿਆ। ਸਾਹਿਤ ਆਪਾਂ ਅੱਜ ਛੋਟਾ, ਇੰਝ ਲੱਗਦਾ ਕਿ ਸਾਨੂੰ ਛੋਟਾ ਮਸਲਾ ਹੈ, ਪਰ ਛੋਟਾ ਨਹੀਂ ਹੈ, ਇਹ ਸਾਡੀ ਹੋਂਦ ਦਾ ਮਸਲਾ ਹੈ। ਜੇ ਸਾਡੀ ਜ਼ਬਾਨ ਇੱਥੇ ਬੋਲਦੀ ਰਹੂਗੀ, ਲੋਕ ਬੋਲਣ ਬੋਲਦੇ ਰਹਿਣਗੇ, ਸਾਡਾ ਸਾਹਿਤ ਜਿਹੜਾ ਉਹ ਜਿੰਦਾ ਰਹੂਗਾ, ਸਾਡਾ ਸੱਭਿਆਚਾਰ ਜਿੰਦਾ ਰਹੂਗਾ, ਅਤੇ ਅਸੀਂ ਪੰਜਾਂ ਦਰਿਆਵਾਂ ਦੇ ਉੱਤੇ ਵਿਵਸਣ ਵਾਲੇ ਲੋਕ ਜਿਹੜੇ ਆ ਆਪਣੀ ਹੋਂਦ ਨੂੰ ਮਾਣ ਕਰ ਸਕਾਂਗੇ। ਬਿਲਕੁਲ ਜੀ ਗੱਲ ਹੈ। ਅਸੀਂ ਇਹ ਵੀ ਦੇਖਦੇ ਕਿ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀ ਕੁਰੀਤੀਆਂ ਨੇ ਵੀ ਨੇ, ਭਾਵੇਂ ਨਸ਼ਿਆਂ ਦੀ ਗੱਲ ਕਰ ਲਈਏ, ਦਾਜ ਦੀ ਗੱਲ ਕਰ ਲਈਏ, ਭਰੂਣ ਹੱਤਿਆ ਦੀ ਗੱਲ ਕਰ ਲਈਏ, ਕੀ ਸਾਹਿਤ ਸਾਡੀ ਮਦਦ ਕਰਦਾ ਹੈ? ਸਾਹਿਤ ਜਦੋਂ ਅਸੀਂ ਚੰਗੇ ਸਾਹਿਤ ਨਾਲ ਜੁੜਦੇ ਹਾਂ ਤਾਂ ਕੀ ਸਾਡੀ ਸੋਚ 'ਤੇ ਅਸਰ ਪੈਂਦਾ ਹੈ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਰਹਿ ਸਕੀਏ? ਬਿਲਕੁਲ ਬਿਲਕੁਲ, ਸਾਹਿਤ ਦਾ ਇੱਕ ਬਹੁਤ ਵੱਡਾ ਰੂਪ ਹੈ ਕਿ ਉਹ ਤੁਹਾਨੂੰ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਉਹ ਚਿੰਤਨ ਵੱਲ ਤੋਰਦਾ, ਚਿੰਤਨ ਵੱਲ ਤੋਰਦਾ, ਉਹ ਜਿਹੜੇ ਪਾਸੇ ਦੀ ਤੁਸੀਂ ਤੁਹਾਨੂੰ ਕੋਈ ਕਠਿਨਾਈ ਆ, ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਇਹ ਇਹਨਾਂ ਦਾ ਵੱਡਾ ਇੱਕ ਰੂਪ ਹੈ ਕਿ ਇਹ ਸਾਡੇ 'ਤੇ ਠੋਸੀਆਂ ਜਾ ਰਹੀਆਂ ਜੀ। ਇੱਕ ਆਦਮੀ ਜਿਹੜਾ ਉਹ ਕਦੀ ਵੀ ਨਹੀਂ ਇਹ ਚਾਹੁੰਦਾ ਕਿ ਮੈਂ ਇਹਨਾਂ ਬਿਮਾਰੀਆਂ 'ਚ ਫਸਾਂ, ਬਿਲਕੁਲ, ਪਰ ਉਹ ਜਦੋਂ ਫਸ ਜਾਂਦਾ ਨਾ ਉਹਨੂੰ ਪਤਾ ਉਦੋਂ ਲੱਗਦਾ ਜੀ, ਇਹ ਸਾਰਾ ਤਾਣਾ ਬਾਣਾ ਹੈ ਉਹਦੇ ਦੁਆਲੇ, ਜਾਂ ਸਾਡੇ ਨੌਜਵਾਨਾਂ ਦੇ ਦੁਆਲੇ, ਜਾਂ ਸਾਡੀ ਕਿਸਾਨੀ ਦੇ ਦੁਆਲੇ, ਜਾਂ ਸਾਡੇ ਜਿਹੜੇ ਯੁਵਕ ਨੇ ਜਿਹੜੇ ਸਕੂਲਾਂ 'ਚੋਂ ਨਿਕਲਦੇ, ਕਾਲਜਾਂ 'ਚੋਂ ਨਿਕਲਦੇ, ਉਹਨਾਂ ਦੇ ਦੁਆਲੇ, ਇਹ ਬੜੇ ਪਲੈਨਿੰਗ ਤਰੀਕੇ ਦੇ ਨਾਲ ਮਿਲਿਆ ਜਾਂਦਾ, ਫਿਰ ਇਸ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗਦਾ, ਅਤੇ ਜਦੋਂ ਫਸ ਜਾਂਦੇ ਆ ਫਿਰ ਉਹਨਾਂ ਦਾ ਪਰਿਵਾਰ ਵੀ ਉਜੜਦਾ ਵਾ, ਉਹਨਾਂ ਦੇ ਰਿਸ਼ਤੇ ਵੀ ਟੁੱਟਦੇ ਆ, ਉਹਨਾਂ ਦੀਆਂ ਸਾਂਝਾਂ ਵੀ ਖਤਮ ਹੁੰਦੀਆਂ, ਉਹਨਾਂ ਨੂੰ ਲੋਕ ਪਸੰਦ ਵੀ ਨਹੀਂ ਕਰਦੇ, ਇਹ ਸਾਰਾ ਕੁਛ ਸਾਡੇ ਸਮਾਜ ਦੇ ਵਿੱਚ ਇਹ ਵੇਖਦਾ। ਔਰ ਇਹ ਪਿਛਲੇ ਸਮਾਂ ਦੇ ਵਿੱਚ ਦਾਜ ਦੇ ਬਾਰੇ 'ਚ, ਬੱਚੀਆਂ ਨੂੰ ਮਾਰਨ ਦੇ ਮਾਮਲੇ 'ਚ ਜਨਮ ਤੋਂ ਪਹਿਲਾਂ, ਇਹ ਵਿਸ਼ੇ ਜਿਹੜੇ ਆ ਪੰਜਾਬੀ ਗਾਇਕੀ ਦੇ ਵਿੱਚ ਵੀ ਬਹੁਤ ਉਭਾਰੇ ਗਏ ਨੇ, ਪੰਜਾਬੀ ਕਵਿਤਾ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਉਭਾਰੇ ਗਏ ਨੇ, ਔਰ ਲੋਕਾਂ ਨੂੰ ਜਾਗਰਤ ਕੀਤਾ ਗਿਆ। ਤੋ ਇਸੇ ਤਰ੍ਹਾਂ ਪੰਜਾਬੀ ਕਹਾਣੀਆਂ ਬੜੀਆਂ ਟੌਪ ਦੀਆਂ ਲਿਖੀਆਂ ਗਈਆਂ, ਪੰਜਾਬੀ ਟੱਪੇ, ਪੰਜਾਬੀ ਬੋਲੀਆਂ ਦੇ ਵਿੱਚ ਇਹ ਸਾਰੀਆਂ ਬਿਮਾਰੀਆਂ ਦਾ ਇਲਾਜ ਜਿਹੜਾ ਉਹ ਦੱਸਿਆ ਗਿਆ ਜੀ। ਸੋ ਇਸ ਕਰਕੇ ਜਿਹੜਾ ਸਾਹਿਤ ਆ ਉਹ ਆਪਣਾ ਕੰਮ ਕਰਦਾ, ਸਵਾਲ ਤਾਂ ਆ ਕਿ ਅਸੀਂ ਉਦੋਂ ਤੱਕ ਕਿੰਨਾ ਜਾਂਦੇ ਹਾਂ। ਹੁਣ ਸਾਡੇ ਅਖਬਾਰਾਂ ਦੇ ਵਿੱਚ ਹਫ਼ਤੇ ਵਾਰ ਇੱਕ ਪੰਨਾ ਸ਼ਬਦ ਆ ਜੀ ਸਾਹਿਤ ਦਾ, ਅਤੇ ਉਹ ਵੀ ਜਿਹੜੇ ਲੋਕ ਨੇ ਖਬਰਾਂ ਦੇ ਸਿਰਲੇਖ ਪੜ੍ਹ ਕੇ ਛੱਡ ਦਿੰਦੇ ਆ, ਅਤੇ ਸਾਹਿਤ ਨੂੰ ਕਿੰਨੇ ਪੜ੍ਹਨਾ, ਅਤੇ ਜੇ ਉਹ ਸਾਹਿਤਕ ਪੰਨੇ ਜਿੱਦਾਂ ਅੱਜ ਐਤਵਾਰ ਆ, ਅੱਜ ਐਤਵਾਰ ਦੀਆਂ ਪੰਜਾਬੀ ਅਖਬਾਰਾਂ ਦੇ ਜਿਹੜੇ ਸਾਹਿਤਕ ਪੰਨੇ ਆ, ਜੇ ਉਹਨਾਂ ਨੂੰ ਅਸੀਂ ਵਾਚੀਏ ਅਤੇ ਉਹਦੇ ਵਿੱਚੋਂ ਸਾਨੂੰ ਬਹੁਤ ਕਿਸਮ ਦੀ ਸਮਝ ਜਿਹੜੀ ਉਹ ਸਾਡੇ ਦਰਮਿਆਨ ਪੈਂਦੀ ਆ। ਅਤੇ ਮੈਂ ਕਈ ਵਾਰੀ ਇਹ ਦੇਖਦਾ ਕਿ ਇੱਕ ਹਫ਼ਤੇ ਵਾਸਤੇ ਸਾਨੂੰ ਲੋੜ ਨਹੀਂ ਰਹਿੰਦੀ ਅਗਲੀ ਅਖਬਾਰ ਉਡੀਕਣ ਤੱਕ, ਅਸੀਂ ਕੋਈ ਵੀ ਗੱਲ ਕਰ ਸਕਦੇ ਹਾਂ ਕਿਸੇ ਵੀ ਵਿਸ਼ੇ ਦੇ ਉੱਤੇ। ਹੁਣ ਇਹੀ ਚੀਜ਼ਾਂ ਦੇਖਦੇ, ਸਾਂਭ ਸੰਭਾਲ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਛੋਟੇ ਹੁੰਦੇ ਮੈਗਾ ਜੀ, ਜਾਂ ਹੁਣ ਤੱਕ ਦੀ ਵੀ ਗੱਲ ਕਰੀਏ, ਜੋ ਇਤਵਾਰ ਦੇ ਦਿਨ ਆਉਂਦਾ ਸੀ ਤਾਂ ਇਹੀ ਅਖਬਾਰਾਂ ਇਹੀ ਰਸਾਲੇ ਇੱਕ ਸਾਧਨ ਹੁੰਦੇ ਸਾਡੇ ਮਨੋਰੰਜਨ ਦੇ, ਬਿਲਕੁਲ ਠੀਕ ਗੱਲ, ਪਰ ਹੁਣ ਜ਼ਮਾਨਾ ਬਦਲ ਗਿਆ। ਅਤੇ ਜੇ ਮੈਂ ਸਾਂਭ ਸੰਭਾਲ ਦੀ ਗੱਲ ਕਰਾਂ ਤਾਂ ਤੁਹਾਨੂੰ ਨਹੀਂ ਲੱਗਦਾ ਕੋਈ ਇੱਦਾਂ ਦੀ ਸਰਕਾਰੀ ਕੋਈ ਨੀਤੀ ਹੋਣੀ ਚਾਹੀਦੀ ਹੈ ਸਾਡੇ ਸਾਂਭ ਸੰਭਾਲ ਲਈ? ਦੇਖੋ, ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲਿਆਂ ਨੇ ਕੋਈ ਸੱਭਿਆਚਾਰ ਦੀ ਸਾਂਭ ਸੰਭਾਲ ਵਾਸਤੇ ਨੀਤੀ ਜਿਹੜੀ ਆ ਉਹ ਬਣਾਈ ਆ ਪਿਛਲੇ ਸਮੇਂ ਦੇ ਜੀ, ਉਹਦੀ ਪੁਖਤਾ ਰੂਪ ਦੇ ਵਿੱਚ ਸਾਡੇ ਸਾਹਮਣੇ ਅਜੇ ਕੋਈ ਗੱਲ ਸਾਹਮਣੇ ਤਾਂ ਨਹੀਂ ਆਈ, ਪਰ ਇੱਕ ਚੰਗੀ ਗੱਲ ਹੈ ਕਿ ਜੇ ਕੋਈ ਸਾਂਭ ਸੰਭਾਲ ਦੀ ਨੀਤੀ ਬਣਦੀ ਆ ਅਤੇ ਜਿਹੜੀਆਂ ਪੁਰਾਣੇ ਜ਼ਮਾਨੇ ਦੀਆਂ ਜਿਹੜੀਆਂ ਗਵਾਚ ਰਹੀਆਂ ਚੀਜ਼ਾਂ ਨੇ, ਜਿਨ੍ਹਾਂ ਨੂੰ ਅਸੀਂ ਕਿਤਾਬਾਂ 'ਚ ਰੱਖਿਆ ਜਾਂ ਮੌਖਿਕ ਰੂਪ ਦੇ ਵਿੱਚ ਜਿਹੜੇ ਬੰਦੇ ਉਹ ਹੌਲੀ ਹੌਲੀ ਤੁਰਦੇ ਜਾ ਰਹੇ ਨੇ ਅਤੇ ਉਹ ਗਵਾਚਦੀਆਂ ਜਾ ਰਹੀਆਂ, ਜੇ ਉਹਨਾਂ ਨੂੰ ਅੱਜ ਅਸੀਂ ਰਿਕਾਰਡ ਕਰਦੇ ਹਾਂ, ਉਹਨਾਂ ਨੂੰ ਫਿਲਮਾਂਕਣ ਕਰਦੇ ਹਾਂ ਜਾਂ ਉਹਨਾਂ ਨੂੰ ਸਾਂਭ ਸੰਭਾਲ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ, ਸੋ ਇਹ ਸਾਰਾ ਕੁਛ ਜਿਹੜਾ ਵਾ ਉਹ ਚੰਗੀ ਗੱਲ ਹੈ। ਉਪਰਾਲੇ ਜਿਹੜੇ ਹੈ ਉਹ ਕੀਤੇ ਜਾਣੇ ਚਾਹੀਦੇ ਨੇ ਤਾਂ ਕਿ ਅਸੀਂ ਆਪਣੇ ਸਾਹਿਤ ਨੂੰ ਸਾਂਭ ਕੇ ਰੱਖ ਸਕੀਏ, ਵੱਧ ਤੋਂ ਵੱਧ ਸਾਹਿਤ ਦੇ ਨਾਲ ਜੁੜ ਸਕੀਏ। ਤੁਸੀਂ ਸਟੂਡੀਓ ਦੇ ਵਿੱਚ ਆਏ, ਤੁਸੀਂ ਬਹੁਤ ਵਧੀਆ ਗੱਲਾਂ ਸਾਨੂੰ ਦੱਸੀਆਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।